ਆਪਾਂ ਵੀ ਐਪਰਾ ਫੂਲ ਬਣ ਗਏ ਅੱਜ ਨਾ ਇੱਥੇ ਆ ਗਏ ਐ ਤੇ ਚਿੰਜਰ ਨੂੰ ਵੇਲਾ ਤੇ ਬੇਕਾਰ ਛੱਡ ਗਈ ਸੀ ਉਹਦੀ ਜੇਬ ਵਿੱਚ ਰਹਿਣ ਨੋਟਾਂ ਦੀਆਂ ਗੱਦੀਆਂ ਯਾਰ ਇਹ ਤਾਂ ਬਾਹਰ ਸਾਈਡ ਤੇ ਪੱਥਰ ਲਸੀਆਂ ਪੰਜਾਬ ਸਾਡਾ ਸਹੀ ਬੈਠਾ ਚਿੰਜਰ ਜਿਹੜੇ ਬਣਾ ਸਾਡੇ ਨਾਲ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੱਲੇ ਆ ਅੰਮ੍ਰਿਤਸਰ ਨੂੰ ਕਾਫੀ ਦਿਨਾਂ ਬਾਅਦ ਲੱਗਾ ਇੱਕ ਗੇੜਾ ਥੋੜੇ ਬੋਦੇ ਕੰਮ ਹੀ ਤੇ ਚਲੋ ਚੱਲਦੇ ਆ काफ़ी दिन बाद अज संग्राम ते डॉक्टर रवि भी नाल चले आ किन्ने दिन बाद वीडियो चाहे आ खड़े बेशर्म बार कहता भी जो पैसे पुसे आने लग पे जे तुम लड़ पे दे दर्शक भी अपने कह दिया मैं भी सोचा ना कि लोग कहते होने की दो जने कि रेंगे कई दिन है कई वीडियो च नहीं है वो तार के क्योंकि मैं गया आनंदपुर साहब उतों दी वीडियो बड़ी बनाई ये गए नहीं जनाब सानू गए नहीं गए आनंदपुर साहब गए ही आप कल ही इस करके वीडियो आप देखना ही तो ये गल तो नोटिस की होनी आ इन्होंने नोटिस की चलो मिलते हैं ब्रेक तो बाद बोलते अज तो रेट वध गए तो लोग लड़ते फिरते मीडिया वाले भी आए मीडिया वाले भी आए हैं ये लड़ाइया डेली दियाँ पक्या इन्होंने जाके दसांगे की हालात है साडे हैना की करन चले काम बथेरे काम काम बड़े है जी काम बड़े है आनंदपुर साहब जाने करके ना दस दिन आप हफ्ता उसे लग गया तो कम पेंडिंग पे ही चल अज चले किन्ने दिन पिछे चले अमृतसर जो उतो आए गए नी कम कुम अज करके आने हमने की कोई करते चलो इंटरेस्टिंग होगी वीडियो है दस भी कर जान भी दे जान ही खाधी पई गड्डी ना चीका मार मार कह दी कि मेरे जो तेल खत्म होगा तेल भराओ तेल भराने हूँ ऐदा रेट रेट भी 90 तो टप गया की करिए पौना पैना ही है जित के नहीं है जित हारी भला यार गड्डी आप तेल से पवा लिया महंगा भी हो गया गड्डियां अमृतसर श्री अमृतसर अपने शहर ये आ जी अमृतसर का मशहूर जायगढ़ पुरानिया पुरानिया चीजा सारिया लै सकते सैकंड हैंड नवी भी उधर रख चरस्ते सजे नहीं नहीं इतों नहीं शायद चरस्ते आपां नूं थोड़ा जिहा कम ही इत्थे आपां यो कम कराउंदे बड़े बड़े टायर बड़े बड़े छोटे टायर टू पंचर हो गया
ਲੋਈ ਬਾਬੇ ਜਿਹੜੀ ਚੀਜ਼ ਅਸੀਂ ਲੈਣਾ ਹਾਂ ਉਹ ਸਾਨੂੰ ਮਿਲੀ ਨਹੀਂ ਨਰਾਸ਼ ਹੋ ਕੇ ਚੱਲੇ ਹੁਣ ਅਸੀਂ ਚਲੋ ਹੁਣ ਚੱਲਦੇ ਹਾਂ ਹੋਰ ਪਾਸੇ ਕਿਤੇ ਨਾ ਕਿਤੇ ਨਾਲੇ ਖਾ ਪੀ ਲਈਏ ਤੇ ਨਾਲੇ ਕੁਝ ਘੁੰਮ ਕੇ ਜਾਂਦੇ ਹਾਂ ਮੂਵੀ ਵੇਖ ਆਈਏ ਕੋਈ ਕਿਹੜੀ ਲੱਗੀ ਆ ਦਿੱਲੀ ਮਾਲ ਚੱਲਦੇ ਹਾਂ ਅੱਜ ਦਰਸ਼ਕਾਂ ਨੂੰ ਦੱਸਣ ਦਾ ਵੀ ਇੱਥੋਂ ਸਾਰਾ ਕੁਝ ਮਿਲ ਜਾਂਦਾ ਪਰ ਸਾਨੂੰ ਨੀ ਮਿਲਿਆ ਦਰਸ਼ਕਾਂ ਨੂੰ ਕੀ ਮਿਲਣਾ ਲੋਈ ਬਾਬੇ ਉੱਥੋਂ ਦੇ ਕੰਮ ਹੋਇਆ ਨਹੀਂ ਤੇ ਹੁਣ ਆਪਾਂ ਆ ਗਏ ਲਾਰੰਸ ਰੋਡ 'ਤੇ ਲਾਰੰਸ ਰੋਡ ਅੰਮ੍ਰਿਤਸਰ ਮਸ਼ਹੂਰ ਇਹ ਮਾਰਕੀਟ ਆ ਨਹਿਰੂ ਕੰਪਲੈਕਸ ਲਾਰੰਸ ਰੋਡ ਇਹ ਨਹਿਰੂ ਕੰਪਲੈਕਸ ਦੇ ਆਪਣਾ ਨਾ ਆਹ ਮਾਊਂਟ ਟੁੱਟ ਗਿਆ ਸੀ ਤੁਹਾਨੂੰ ਪਤਾ ਆ ਇਹ ਵਲੌਗਰ ਲਈ ਯੂਟਿਊਬਰ ਲਈ ਬਹੁਤ ਜ਼ਰੂਰੀ ਹੁੰਦਾ ਹੁਣ ਆਪਾਂ ਲੈਂਦੇ ਹਾਂ ਇਹ ਮਿੱਤਰੋ ਜਿਹੜੀ ਚੀਜ਼ ਲੈਣ ਗਏ ਉਹ ਤਾਂ ਆਪਾਂ ਨੂੰ ਮਿਲੀ ਨਹੀਂ ਇੱਥੋਂ ਹੀ ਅੱਜ ਨਾ ਕਿਸਮਤ ਮਾੜੀ ਆਪਣੀ ਕਿਸਮਤ ਮਾੜੀ ਆ ਅੱਜ ਤਾਂ ਆਪਾਂ ਕੇਸ ਲੈ ਆਏ ਹਾਂ ਏਅਰਪੋਰਟ ਦਾ ਕੇਸ ਹੋ ਗਿਆ ਕੋਰਟ 'ਚ ਚਲੋ ਚੱਲਦੇ ਹਾਂ ਅੱਗੇ ਚੱਲਦੇ ਹਾਂ ਮੂਵੀ ਵੇਖਣ ਇਹ ਨਾ ਟਿਕਟ ਨਾ ਮਿਲਿਆ ਆਪਾਂ ਨੂੰ ਗੱਡੀ ਆਪਾਂ ਲਾ ਤੀ ਬਾਹਰੀ ਅਤੇ ਆਪਾਂ ਚੱਲੇ ਹੁਣ ਟ੍ਰੀਲੀ ਮਾਲ ਟ੍ਰੀਲੀ ਮਾਲ ਜਾਣਦੇ ਹਾਂ ਅਤੇ ਇੱਥੇ ਆਪਾਂ ਨੂੰ ਹੋਰ ਕੋਈ ਫੰਕਸ਼ਨ ਲੱਗਣ ਦਿਆ ਵੇਖਦੇ ਹਾਂ ਕਾਹਦਾ ਫੰਕਸ਼ਨ ਬੜਾ ਇਕੱਠ ਹੋਇਆ ਕਰਦਾ ਲੋਈ ਬਾਬੇ ਉਹ ਆਏ ਤਾਂ ਆਪਾਂ ਅਚਾਨਕ ਹੀ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਜੱਸੜ ਸਾਹਿਬ ਆਏ ਆ ਆਏ ਨਹੀਂ ਅਜੇ ਆਉਣਾ ਆ ਗੱਲ ਵੱਕੜੀ ਮੂਵੀ ਦੀ ਕਰਨ ਦਾ ਆ ਪ੍ਰਮੋਸ਼ਨ ਇਹ ਸੋਨੇ ਦਾ ਸੁਹਾਗਾ ਹੋ ਗਿਆ ਆਏ ਹਾਂ ਮੂਵੀ ਵੇਖਣ ਲੇਖ ਪਰ ਆਪਾਂ ਗੱਲ ਵੱਕੜੀ ਮੂਵੀ ਦਾ ਪ੍ਰਮੋਸ਼ਨ ਵੇਖਣ ਆ ਗਏ ਇੱਥੇ ਕੁਲਬੀਰ ਝਿੰਜਰ ਆ ਰਿਹਾ ਸੇਮ ਜੱਸੜ ਆ ਰਿਹਾ ਭੂਮਿਕਾ ਗੱਬੀ ਹੋਰ ਹੀ ਅਸੀਂ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਟਾਈਮ ਦੇ ਕੇ ਲੇਟ ਹੋ ਗਏ ਉਹਦੇ ਲਈ ਸੌਰੀ ਇੱਕ ਵਾਰੀ ਅੰਮ੍ਰਿਤਸਰ ਦੇ ਨਾਂ ਤੇ ਤਾੜੀ ਲਾ ਦੇ ਇਸ ਲਈ ਨਹੀਂ ਵੀ ਤਰਸੇ ਮੇਰਾ ਭਰਾ ਏ ਇਸ ਲਈ ਕਿ ਉਹ ਸਾਫ਼ ਸੁਥਰੀਆਂ ਫਿਲਮਾਂ ਬਣਾਉਂਦਾ ਜ਼ਰੂਰ ਪਹੁੰਚਿਓ ਉਹ ਤਾੜੀ ਮਾਰਿਓ ਜਿਨ੍ਹਾਂ ਨੇ ਲਾਈਫ 'ਚ ਅਪ ਡਾਊਨ ਦੇਖਿਆ ਮੇਰੀ ਤਾਂ ਸਟਿਲ ਚੱਲੀ ਜਾਂਦੇ ਆ ਜਿਹੜੇ ਨੇੜੇ ਰਹਿੰਦੇ ਨੇ ਉਹਨਾਂ ਨੂੰ ਪਤਾ ਹਰ ਨੱਟੀ ਹੁਣ ਫਰਸ਼ਾਂ ਦੇ ਹਰਦੀ
ਸਾਡੇ ਕਰਕੇ ਬਹਿ ਰਿਹਾ ਹੈ ਮੇਰੀ ਉਮਰ ਲੰਘੀ ਜਾਣ ਵਾਲੀ ਹੋ ਜਾਂਦੀ ਉਦੋਂ ਲਿਖੀ ਗਏ ਤੇ ਗਾਈਏ ਹੁਣ ਤਾਂ ਕੀ ਇਹਦੀ ਆਪ ਸੁਣ ਕੇ ਲੱਗਦਾ ਹੁੰਦਾ ਕਿਉਂ ਲਿਖੇ ਇਸ਼ਕੇ ਨੇ ਲੁੱਟੇ ਕੁਝ ਆਪਣੇ ਆ ਯਾਰਾਂ ਇੱਥੇ ਕਰਕੇ ਕਰਾਰ ਵਿਰਲਾ ਕੋਈ ਟਿਕਦਾ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ ਟਕੇ ਟਕੇ ਵੇਖੇ ਆ ਪਿਆਰ ਵਿਕਦਾ ਥੁੱਕ ਥੁੱਕ ਕੇ ਆ ਚੱਟ ਲੈਂਦੀ ਦੁਨੀਆ ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ ਭੁੱਖੇ ਕੱਠੇ ਰੱਜੇ ਕੱਠੇ ਅੱਖਿਆਂ ਦੇ ਹਾਲ ਜਿੱਥੇ ਲਾਈ ਯਾਰੀ ਉੱਥੇ ਪਾਏ ਨੀ ਬਾਬਾ ਯਾਰੀ ਨੀਤਾ ਨਾਲ ਨਾ ਕੇ ਪੈਸੇ ਨਾਲ ਗੱਡੀ ਵਿੱਚ ਡਾਲੀਏ ਪੰਜਾਬ ਸਾਡਾ ਸਰੀ ਬੈਠਾ ਝੰਜਰਾ ਸਰੀ ਜਿੱਥੇ ਬਹਿਣ ਦਿੰਦੇ ਹੋ ਤੁਸੀਂ ਇੱਥੇ ਰੱਖੀ ਰੱਖਦੇ ਹੋ ਗਰਮੀ ਆ ਗਈ ਭੇਜ ਦੋ ਹੁਣ ਭੇਜਦੇ ਹੁਣ ਗਰਮੀਆਂ 'ਚ ਸਾਰੇ ਭੱਜ ਰਹਿੰਦੇ ਬਾਹਰ ਨੂੰ ਹੁਣ ਆਪਾਂ ਇੱਕ ਵਾਰ ਟ੍ਰੇਲਰ ਦੇਖੀਏ ਇੱਕ ਲਵਕੜੀ ਦਾ ਰਲ ਕੇ ਦੇਖਦੇ ਹਾਂ ਤੁਹਾਡੇ ਨਾਲ ਦੇਖਣ ਦਾ ਸਵਾਦ ਅਲੱਗ ਆਊਗਾ ਥੋੜਾ ਸੋਚ ਲੈ ਕਹਿੰਦਾ ਜਿਸ ਹਿਸਾਬ ਨਾਲ ਮੇਰਾ ਸੁਭਾਅ ਤੇ ਸੂਰ ਨੇ ਮੈਨੂੰ ਨਹੀਂ ਲੱਗਦਾ ਕੋਈ ਕੁੜੀ ਪਸੰਦ ਕਰੇ ਤੁਸੀਂ ਇਹ ਦੇਖੋ ਕਿੱਡਾ ਅਜੀਬੋ ਗਰੀਬ ਬੰਦਾ ਯਾਰ ਕਹਿੰਦਾ ਰੋਮਾਂਟਿਕ ਗੱਲ ਕਿੱਦਾਂ ਦੀ ਸੁਣਨੀ ਚਾਹੁੰਦੇ ਹੋ ਸੈਡ ਰੋਮਾਂਟਿਕ ਹੈਪੀ ਰੋਮਾਂਟਿਕ ਜਾਂ ਇੱਦਾਂ ਦਾ ਰੋਮਾਂਸ ਜਿਹੜਾ ਅਜੇ ਹੋਇਆ ਹੀ ਨਹੀਂ ਉਹੀ ਤਾਂ ਉਹਨੂੰ ਦੇਖ ਕੇ ਪਤਾ ਲੱਗਣਾ ਵੀ ਕਿਹੜਾ ਉਹ ਬੜੀ ਅਜੀਬੋ ਗਰੀਬ ਜੀ ਪਰਸਨੈਲਿਟੀ ਆ ਜਗਦੇਸ਼ਵਰ ਦੀ ਗਲਵਕੜੀ ਮੂਵੀ ਦੇ ਵਿੱਚ ਬੜੀ ਇੰਟਰਸਟਿੰਗ ਜੀ ਸਟੋਰੀ ਆ ਤੁਹਾਨੂੰ ਦੇਖ ਕੇ ਕਿਵੇਂ ਲੱਗਿਆ ਥੈਂਕ ਯੂ ਬਹੁਤ ਸੋਹਣੀ ਲਵ ਸਟੋਰੀ ਆ ਪੰਜਾਬੀ ਸਿਨੇਮੇ ਦੇ ਵਿੱਚ ਪਹਿਲੀ ਵਾਰ ਇੱਦਾਂ ਦਾ ਇੱਕ ਓ ਸੀ ਡੀ ਕਰੈਕਟਰ ਇੰਟਰੋਡਿਊਸ ਹੋ ਰਿਹਾ ਜਿਵੇਂ ਆਪਾਂ ਆਲੇ ਦੁਆਲੇ ਦੇਖੀਏ ਕਈਆਂ ਨੂੰ ਸਫਾਈ ਨੂੰ ਲੈ ਕੇ ਕਰੋਨਾ ਦੇ ਵਿੱਚ ਤਾਂ ਆਪਾਂ ਸਾਰੇ ਹੀ ਇੱਦਾਂ ਦੇ ਹੋ ਗਏ ਸੀ ਸੈਨੇਟਾਈਜ਼ ਕਰੇ ਬਿਨਾਂ ਹੱਥ ਨਹੀਂ ਮਿਲਾਉਣਾ ਹੱਥ ਮਿਲਾ ਕੇ ਸੈਨੇਟਾਈਜ਼ ਕਰਨਾ ਕਰੋਨਾ ਕਰਕੇ ਹੀ ਗਲਵਕੜੀ ਆਪਣੀ ਨਹੀਂ ਪਈ ਕਿਉਂਕਿ ਕਰੋਨਾ ਨੇ ਸਾਰਿਆਂ ਦੀਆਂ ਗਲਵਕੜੀਆਂ ਬੰਦ ਕਰਤੀਆਂ ਸੀ ਉਦੋਂ ਆਪਣੀ 2020 'ਚ ਨਹੀਂ ਗਲਵਕੜੀ ਪੈਣੀ ਸੀ ਉਦੋਂ ਤਾਂ ਹੀ ਨਹੀਂ ਪਈ ਕਰੋਨਾ ਨੇ ਫਿਰ ਸਰਕਾਰਾਂ ਨੇ ਬੰਦ ਕਰਤਾ ਮਿਲਣਾ ਗਿਲਣਾ ਤਾਂ ਫਿਰ ਆਹ ਗਲਵਕੜੀ ਵੀ ਰੋਕੀ ਇਹ ਗਲਵਕੜੀ ਹੁਣ ਆ ਰਹੀ ਹੈ ਜੀ ਪੂਰੇ 3 ਸਾਲ ਬਾਅਦ ਰੱਬ ਦਾ ਰੇਡੀਓ 2 ਤੋਂ ਮਾਲਕ ਮਿਹਰ ਕਰੇ ਟ੍ਰੇਲਰ ਤੁਸੀਂ ਦੇਖ ਲਿਆ ਤੇ ਕਈਆਂ ਨੂੰ ਇਹ ਲੱਗਦਾ ਹੋਊ ਟ੍ਰੇਲਰ ਦੇਖ ਕੇ ਵੀ ਕੁੜੀ ਮਰ ਗਈ ਜਾਂ ਸਟੋਰੀ ਇੱਥੇ ਖਤਮ ਹੋ ਗਈ ਸ਼ਾਇਦ ਸਾਰੀ ਫਿਲਮ ਟ੍ਰੇਲਰ 'ਚ ਦੇਖ ਗਈ ਤਾਂ ਅਸੀਂ ਟ੍ਰੇਲਰ ਬੜੀ ਸਮਾਰਟਨੈਸ ਨਾਲ ਕੱਟਿਆ ਜੀ ਟ੍ਰੇਲਰ ਦੇਖ ਕੇ ਜਿਹਨੂੰ ਇਹ ਲੱਗਦਾ ਵੀ ਉਹਨਾਂ ਨੂੰ ਫਿਲਮ ਸਮਝ ਆ ਗਈ ਸਭ ਤੋਂ ਵੱਧ ਸਰਪ੍ਰਾਈਜ਼ ਉਹਨਾਂ ਲਈ ਹੋਣ ਵਾਲੇ ਆ ਇਹ ਮੈਂ ਤੁਹਾਨੂੰ ਇੱਕ ਹਿੰਟ ਨਿੱਕਾ ਜਿਹਾ ਦਿੰਦਾ ਜਿਹੜਾ ਲਾਸਟ ਦੇ ਡਾਇਲੋਗ ਆਇਆ ਵੀ ਆਪਾਂ ਕੋਈ ਰੋਮੈਂਟਿਕ ਗੱਲ ਨਹੀਂ ਕਰ ਸਕਦੇ ਉਹ ਡਾਇਲੋਗ 'ਚ ਉਹ ਸੀ ਉਹ ਇੱਕ ਹੋਰ ਕਰੈਕਟਰ ਨਾਲ ਆ ਤੁਹਾਨੂੰ ਇੱਕ ਨਿੱਕਾ ਜਿਹਾ ਸਰਪ੍ਰਾਈਜ਼ ਛੱਡ ਦਿੰਦਾ ਉਹ ਕਿਹਦੇ ਨਾਲ ਆ ਕੀ ਆ ਤੇ ਕਿਉਂ ਆ ਉਹ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗਣਾ ਹੁਣ ਮੈਂ ਕਹਿੰਦਾ ਵਾਜ਼ਿਰ ਤੋਂ ਸੁਣੀਏ ਗੱਲ ਮੈਨੂੰ ਪਰਸਨਲ ਇਹ ਲੜਕੇ ਬੜਾ ਵਧੀਆ ਲੱਗਾ ਇਹਨੂੰ ਮਿਲ ਕੇ।